ਇਹ ਸੱਦੇ ਸ਼ਰੀਆ ਗੱਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਚੜਦੀ ਸਵੇਰ ਕਾਰ ਤੇ ਸਕੂਟਰੀ ਦੀ ਹੋਈ ਟੱਕਰ ਹਾਈਵੇ ਤੇ ਬਜ਼ੁਰਗ ਨਾਲ ਵਾਪਰਿਆ ਅੱਤ ਦਾ ਭਾਣਾ ਤਾਜ਼ਾ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜਲੰਧਰ ਹਾਈਵੇ ਤੇ ਇੱਕ ਕਾਰ ਤੇ ਐਕਟਵਾ ਟਕਰਾਉਣ ਕਾਰਨ ਨੈਕਟਵਾ ਸਵਾਰ ਇੱਕ ਬਜ਼ੁਰਗ ਦੀ ਜਾਨ ਚਲੀ ਗਈ ਜਾਏ ਕਿ ਦੂਜੇ ਬਜ਼ੁਰਗ ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ ਕਾਰ ਚਾਲਕ ਦੇ ਵੀ ਸੱਟਾਂ ਲੱਗਿਆ ਨੇ ਇਹ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਇਹਨਾਂ ਬਜ਼ੁਰਗਾਂ ਨੂੰ ਡਾਕਟਰੀ ਸਹਾਇਤਾ ਦੇਣ ਦੇ ਵੀ ਦੋਸ਼ ਲਾਇਆ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਲਖਵਿੰਦਰ ਸਿੰਘ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਉਹਨਾਂ ਨੇ ਇੱਕ ਬਜ਼ੁਰਗ ਨੂੰ ਡਿੱਗਦੇ ਹੋਏ ਦੇਖਿਆ ਕਿਉਂਕਿ ਉਹ ਕੁਝ ਫਰਕ ਦੀ ਦੂਰੀ ਤੇ ਆ ਰਹੇ ਸਨ ਇੱਕ ਬਜ਼ੁਰਗ ਦਾ ਸਿਰ ਫਟ ਗਿਆ ਤੇ ਦੂਜਾ ਵਿਅਕਤੀ ਲਖਮਿੰਦਰ ਸਿੰਘ ਦਾ ਕਹਿਣਾ ਹੈ ਕਿ ਐਂਬੂਲੈਂਸ ਨੂੰ ਫੋਨ ਕੀਤਾ ਹੈ ਹਜੇ ਐਂਬੂਲੈਂਸ ਨਹੀਂ ਆਈ ਦੋ ਪ੍ਰਾਈਵੇਟ ਗੱਡੀਆਂ ਰਾਹੀ ਇਹਨਾਂ ਨੂੰ ਹਸਪਤਲ ਲਾਇਆ ਗਿਆ ਐਕਟਵਾਣਾ ਟਕਰਾਨ ਵਾਲੀ ਕਾਰ ਦੇ ਡਰਾਈਵਰ ਦੀ ਹਾਲਤ ਠੀਕ ਨਹੀਂ ਸੀ ਰੁਪਿੰਦ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹ ਜਲੰਧਰ ਆ ਰਹੀ ਸੀ ਤੇ ਰਸਤੇ 'ਚ ਹਾਸਾ ਵਾਪਰ ਗਿਆ ਦੋ ਬਜ਼ੁਰਗ ਡਿੱਗ ਪਏ ਜੀ ਹਾਂ ਬਾਕੀ ਖਬਰ ਨੂੰ ਅੰਤ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ